ए जी असल नाजरीन आज एक और नई और अमेजिंग वीडियो में आपके साथ मैं और सनी मेरे साथ तो जी अस्सलाम वालेकुम सनी भाई क्या हाल है शुक्र लाभ का ठीक हूँ तो भी ऐसे ठीक है हाँ फिट फाट तो पहले का रक्षा बजाओ <laughs> शुरू करो अच्छा जी तो जनाब सनी भाई मेरे नाल ने फिर शेखपुरे वाले और लास्ट वीडियो के पहुँच गया सीढ़ी जगह पर जी असी पहुँच गए सब बलोची 5-500 ਰੁਪਿਆ ਲੈ ਕੇ ਉਹਨੇ ਤੁਹਾਨੂੰ ਸ਼ੋਰੇ ਵਾਲਾ ਸਾਲ ਨੇ ਆ ਕੇ ਦਿੱਤਾ ਜਿੰਨੇ ਇੱਕ ਬੋਟੀ ਸੀ ਤੇ ਨਾਜ਼ਰੀਨ ਚਲੋ ਜੀ ਅੱਜ ਦੀ ਸਟੋਰੀ ਉਸ ਤੋਂ ਅੱਗੇ ਸ਼ੁਰੂ ਕਰਦੇ ਆ ਤੇ ਸਣੀ ਦੀ ਸਟੋਰੀ ਸੁਣਨੇ ਆ ਬੜੀ ਇੰਟਰਸਟਿੰਗ ਸਟੋਰੀ ਚੱਲ ਰਹੀ ਹੈ ਬਹੁਤ ਸ਼ੁਕਰੀਆ ਸਾਰੇ ਭਰਾਵਾਂ ਦਾ ਜਿਹੜੇ ਜਿਹੜੇ ਕਮੈਂਟ ਕਰ ਰਹੇ ਨੇ ਜਿਨ੍ਹਾਂ ਨੇ ਸਾਡੀ ਵੀਡੀਓ ਨੂੰ ਸ਼ੇਅਰ ਕੀਤਾ ਔਰ ਇਨੀਆਂ ਤਕਲੀਫਾਂ ਮੁਸ਼ਕਿਲਾਂ ਜਿਹੜੀਆਂ ਨੇ ਉਹ ਸੁਣ ਕੇ ਤੇ ਸਿਰਫ ਇਹ ਹੀ ਸਾਡਾ ਮਕਸਦ ਹੈ ਕਿ ਤੁਹਾਨੂੰ ਭਰਾਵਾਂ ਨੂੰ ਇਹ ਗੱਲ ਦੱਸੀ ਜਾਏ ਕਿ ਯਾਰ ਜਿਹੜਾ ਇਹਨਾਂ ਡੈਂਕੀ ਲਾਣਾ ਬਹੁਤ ਖਤਰਨਾਕ ਕੰਮ ਹੈ ਤੇ ਲਿਆਦਾ ਚਲੋ ਅਸੀਂ ਇਹ ਚਾਵਲ ਮਾਰੀਏ ਤੇ ਅੱਲਾਹ ਤਾਲਾ ਨੇ ਕਾਮਯਾਬ ਕੀਤਾ ਬਹੁਤ ਯਕੀਨ ਕਰੋ ਲੋਕ ਰਾਜ ਚ ਫੌਤ ਹੋ ਜਾਂਦੇ ਨੇ ਜਾਨ ਤੋ ਹੱਤ ਹੋ ਜਾਂਦੇ ਨੇ ਤੇ ਚਲ ਅੱਗੋ ਮਰਜ਼ੀ ਆਪੋ ਆਪਣੀ ਹੈ ਸਾਡਾ ਤਾਂ ਕੰਮ ਹੈ ਸਿਰਫ ਤੁਹਾਡੇ ਗੇ ਹਕੀਕਤ ਬਿਆਨ ਕਰਨੀ ਅਸੀਂ ਇਹ ਨਹੀਂ ਆਂਦੇ ਜਾਂ ਇਸ ਵਾਸਤੇ ਵੀਡੀਓਜ਼ ਨਹੀਂ ਬਹਾਈਦੀਆਂ ਜੇ ਤੁਸੀਂ ਵੇਖ ਕੇ ਆਵੋ ਇਹ ਦਸੀਦਾ ਕਿ ਰਸਤੇ ਦੀ ਹਕੀਕਤ ਕੀ ਏ ਔਰ ਕਿਤਨੀ ਮੁਸ਼ਕਿਲਾਂ ਨੇ ਜੋ ਫਿਰ ਵੀ ਕੋ ਆਵੇ ਤੇ ਆਪੋ ਆਪਣੀ ਮਰਜ਼ੀ ਹੁੰਦੀ ਕਿਉਂ ਜੀ ਹਾਂਜੀ ਬਿਲਕੁਲ ਤੇ ਚਲੋ ਜੀ ਸ਼ੁਰੂ ਕਰਦੇ ਆਂ ਫਿਰ ਅੱਜ ਦਾ ਐਪੀਸੋਡ ਤੇ ਆਜੋ ਹਾਂਜੀ ਆਹ ਵਜੇ ਅਸੀਂ ਪਹੁੰਚ ਗਏ ਅਸਾਂ ਬਾਸਤ ਬਲੋਚ ਕੋਲ ਉਸ ਪਾਸੇ ਕੈਮਰਾ ਇੰਜ ਕਰਕੇ ਤੁਸੀਂ ਮੂੰਹ ਰੱਖਣਾ ਇਹ ਮੈਨੂੰ ਚਾਪੜਾਉ ਇਹ ਤੁਸੀਂ ਤੇ ਬਾਸਤ ਬਲੋਚ ਕੋਲ ਅਸੀਂ 2 ਦਿਨ ਰਹੇ ਆ ਉੱਥੇ ਕਿਉਂਕਿ ਅੱਗੇ ਗੇਮ ਨਹੀਂ ਸੀ ਨਿਕਲਦੀ ਅੱਛਾ ਤੇ ਉਹਨੇ ਕਿਹਾ ਕਿ ਜਿਵੇਂ ਗੇਮ ਨਿਕਲੇਗੀ ਨਾ ਤੇ ਉਹਵੇਂ ਤੁਹਾਨੂੰ ਡਾਲੇ 'ਚ ਬਿਠਾ ਕੇ ਤੇ ਅੱਗੇ ਮਤਲਬ ਭੇਜ ਦਵਾਂਗੇ ਹਾਂ ਦੋ ਦਿਨ ਬਾਅਦ ਆਇਆ ਡਾਲਾ ਹੂੰ ਉੱਥੇ ਸਨ ਅਸੀਂ ਦੋ ਸਾਂ ਵਿੱਚ ਡਾਲੇ ਦੇ ਵਿੱਚ ਮੇਰੀ ਆਵਾਜ਼ ਪਹਿਲੇ ਇੱਕ ਵਾਰ ਕੋਈ ਨਹੀਂ ਡਾਲੇ ਦੇ ਵਿੱਚ ਫਿਰ ਡਾਲੇ ਦੇ ਵਿੱਚ ਉਹਨੇ ਬਿਠਾਇਆ ਤੇ ਉਹਦੇ ਵਿੱਚ ਸਨ ਅੱਗੇ ਵੀ ਤਕਰੀਬਨ ਕੋਈ 35 ਮੁੰਡੇ ਅੱਗੇ ਵੀ ਸਨ ਅੱਛਾ ਜੀ ਤੇ ਦੋ ਅਸੀਂ ਵੀ ਹੋ ਗਏ ਆ ਤੇ ਰਸਤੇ ਵਿੱਚ ਉਹਨਾਂ ਨੇ ਕੋਈ ਦੋ ਤਿੰਨ ਹੋਰ ਬਿਠਾ ਲਏ ਨੇ ਤਕਰੀਬਨ 40 ਮੁੰਡੇ ਨਾਲ ਅਸੀਂ ਹੋ ਗਏ ਆ ਸਹੀ ਹੋ ਗਿਆ ਤੇ ਉਹਨਾਂ ਨੇ ਨਾਲਾ ਭਜਾ ਦਿੱਤਾ ਸਹਰਾ ਸੀ ਮਤਲਬ ਪਥਰੀਲਾ ਇਲਾਕਾ ਵੀ ਸੀ ਥੋੜਾ ਬਹੁਤ ਤੇ ਉਹਨਾਂ ਨੇ ਨਾਲਾ ਭਜਾ ਦਿੱਤਾ ਤੁਸੀਂ ਯਕੀਨ ਕਰਨਾ ਇੰਨਾ ਕੋਨਾ ਨਾਲਾ ਭਜਾਇਆ ਇੰਜ ਲੱਗਦਾ ਸੀ ਕਿ ਜਿਵੇਂ ਹੋਣਾ ਹੀ ਉਲਟਾ ਲੱਗਾ ਤੇ ਅਸੀਂ ਇੱਕ ਦਫਾ ਤੇ ਖੌਫzada ਹੋ ਗਏ ਅਸੀਂ ਕਿਹਾ ਕਿ ਇਹ ਕੰਮ ਠੀਕ ਨਹੀਂ ਹੈ ਅਸੀਂ ਸਾਰਿਆਂ ਨੂੰ ਇੱਕ ਦੂਸਰੇ ਨੂੰ ਕਿਹਾ ਕਿ ਇੱਕ ਦੂਸਰੇ ਦਾ ਹੱਥ ਫੜ ਕੇ ਭੋਵਿਆ ਜੇ ਕੋਈ ਡਿੱਗੇਗਾ ਤੇ ਸੱਟ ਲੱਗੇਗੀ ਤੇ ਮਤਲਬ ਸਾਰੇ ਪੱਕੇ ਹੋ ਕੇ ਬਹਿ ਗਏ ਉਹ ਡਾਲਾ ਨਾ तकरीबन ਕੋਈ 3-4 ਘੰਟੇ ਚਲਾਇਆ ਅੱਗੇ ਪਾਕਿਸਤਾਨੀ ਫੌਜ ਦਾ ਜਿਹੜਾ ਨਾ ਉਹ ਤਫਤਾਨ ਬਾਰਡਰ ਨਜ਼ਦੀਕ ਸੀ ਤੇ ਉੱਥੇ ਫੌਜ ਵੀ ਪੈਣ ਦਾ ਖਤਰਾ ਸੀ ਉਹਨਾਂ ਨੇ ਕਿਹਾ ਇੱਥੇ ਨਾ ਐਫਸੀ ਦਾ ਖਤਰਾ ਹੈ ਤੇ ਤੁਸੀਂ ਇਸ ਤਰ੍ਹਾਂ ਕਰਨਾ ਬੋਲਾ ਨਹੀਂ ਥੱਲੇ ਸਿਰ ਕਰਕੇ ਤੇ ਬੈਠੇ ਰਹੋ ਅੱਛਾ ਅਸੀਂ ਹਫਾ ਜੀ ਅਸੀਂ ਇਸ ਤਰ੍ਹਾਂ ਕੀਤਾ ਤੇ ਰਸਤੇ 'ਚ ਇੱਕ ਜਗ੍ਹਾ ਤੇ ਉਹਨਾਂ ਨੇ ਡਾਲਾ ਢੱਕਿਆ ਸੀ ਤੇ ਫੌਜ ਖਲੋਤੀ ਸਾਨੂੰ ਇਹ ਅਸੀਂ ਸਾਡੇ ਨਾਲ ਦੇ ਨੇ ਫੌਜਾਂ ਕੀ ਆਲੇ ਨੇ ਅਸੀਂ ਉਹਨਾਂ ਨੂੰ ਸਲਾਮ ਕੀਤੀ ਏ ਉਹ ਫੌਜ ਵਾਲਿਆਂ ਨੇ ਉਹਨਾਂ ਨੂੰ ਉੱਥੇ ਛੱਡਿਆ ਸਾਡੇ ਮਗਰ ਭਜਾਇਤਾ ਉਹ ਤੁਸੀਂ ਯਕੀਨ ਕਰੋ ਡਾਲਾ ਜਿਹੜਾ ਸਾਡੇ ਵਾਲਾ ਸੀ ਉਹ ਵੀ ਭਜਿਆ ਉਹਨੇ ਰੋਡ ਤੋਂ ਕੱਚੇ ਤੇ ਲਾ ਦਿੱਤਾ ਅੱਛਾ ਐਂ ਜਿਉਂਨੇ ਭਜਾਇਆ ਤੈਨੂੰ ਮੈਂ ਕੀ ਦੱਸਾਂ ਤੇ ਜਦੋਂ ਜਾ ਕੇ ਉਹ ਕਿਤੇ ਸਾਈਡ ਤੇ ਉਹਨੇ ਲਾਣਾ ਸੀ ਨਾ ਜਿੱਥੇ ਉੱਥੇ ਉਹ ਜੰਪ ਲੱਗਿਆ ਵਿੱਚੋਂ 10 15 ਮੁੰਡੇ ਜਿਹੜੇ ਨਾ ਡੇਗ ਪਏ ਓਏ ਹੋਏ ਕਿਸੇ ਦੇ ਗੋਡੇ ਮਤਲਬ ਛਿਲੇਗੇ ਜੇ ਕੋਈ ਬਾਜ਼ੂ ਛਿਲੇ ਆ ਗਿਆ ਪਤਾ ਨਹੀਂ ਕਿੱਥੇ ਕਿੱਥੇ ਸਟਾਂ ਲਗੀਆਂ ਨੇ ਉਹਨੇ ਡਾਲਾ ਨਹੀਂ ਖਿਲਾ ਰਿਆ ਲੈਟਾਂ ਨੇ ਬੰਦ ਕਰ ਦਿੱਤੀਆਂ ਤੇ ਉਹ ਭਜਾ ਰੱਖਿਆ ਉਹਨੇ ਅੱਛਾ ਤੇ ਮੁੰਡੇ ਅਸੀਂ ਵੇਖੀਏ ਪਿੱਛੇ ਮੈਂ ਕਿਹਾ ਇਹਨਾਂ ਦਾ ਕੀ ਬਨੇਗਾ ਅਸੀਂ ਖੈਰ ਖੁਦ ਫਿਰ ਸਾਰੇ ਇੱਕ ਦੂਸਰੇ ਨੂੰ ਹੱਥ ਪਾਇਆ ਤੇ ਪੱਕੇ ਹੋ ਕੇ ਬਹਿ ਗਏ ਆ ਫਿਰ ਕੋਈ ਅੱਧਾ ਘੰਟਾ ਚਲਾ ਕੇ ਉਹਨੇ ਅੱਗੇ ਜਾ ਕੇ ਡਾਲਾ ਖਿਲਾ ਰਿਆ ਤੇ ਸਾਰੇ ਜਿਹੜੇ ਨਾ ਉਹ ਪਰੇਸ਼ਾਨ ਕਈਆਂ ਦੇ ਵਿੱਚੋਂ ਨਾਲ ਦੇ ਵੀ ਸਨ ਅਸੀਂ ਦੋ ਸਾ ਦੋਸਤ ਇੱਕ ਬਿਲਡਰ ਨੂੰ ਸੀ ਕਿ ਮੈਂ ਸਾ ਹੂੰ ਅਸੀਂ ਮਤਲਬ ਬੈਠੇ ਸਾਂ ਦੂਸਰੇ ਵਿੱਚੋਂ 10 12 ਮੁੰਡੇ ਜਿਹੜੇ ਨੇ ਡਿਗ ਪਏ ਸਨ ਤੇ ਉਸ ਬਾਅਦ ਉਹਨੇ ਕਿਹਾ ਕਿ ਅਸੀਂ ਉਹਨਾਂ ਨੂੰ ਬਿਠਾ ਲਵਾਂਗੇ ਤੁਸੀਂ ਚੁੱਪ ਰਹਿਣਾ ਤੇ ਐਫਸੀ ਅੱਗੇ ਪਿੱਛੇ ਹੁੰਦੀ ਨਾ ਤੇ ਫਿਰ ਤੁਹਾਨੂੰ ਬਿਠਾਵਾਂਗੇ ਸਾਨੂੰ ਉਹਨੇ ਲਾ ਕੇ ਨਾ ਡਾਲਾ ਲੈ ਕੇ ਤੇ ਭੱਜ ਗਿਆ ਅਸੀਂ ਉੱਥੇ ਬੈ ਗਏ ਹੂੰ ਕੁਛ ਥੇਰ ਗੁਜ਼ਰੀ ਤੇ ਉਹ ਜਿਹੜੀ ਐਫਸੀ ਨਾ ਉਹ ਡਲ ਉਹ ਵੀ ਕਿਤੇ ਦੂਰ ਟਰ ਗਈ ਤੇ ਲੈ ਆ ਵਾਪਸ ਉਹਨੇ ਸਾਨੂੰ ਬਿਠਾਇਆ ਤੇ ਬਿਠਾਣ ਲੱਗੇ ਉਹਨੇ ਫਿਰ ਭਜਾਇਆ ਵਿੱਚੋਂ ਦੋ ਮੁੰਡੇ ਫੇਰ ਡਿੱਗੇ ਉਹਨਾਂ ਦੀ ਲਾਟੇ ਸੱਟ ਲੱਗ ਗਈ ਓਏ ਹੋਏ ਉਹ ਮੁੰਡਿਆਂ ਨੂੰ ਅਸੀਂ ਠਾ ਕੇ ਚੁੱਕ ਕੇ ਉਹਨਾਂ ਨੂੰ ਉਹਦੇ ਉੱਤੇ ਬਿਠਾਇਆ ਉਹਨਾਂ ਦੀ ਹਾਲਤ ਜਿਹੜੀ ਨਾ ਬਹੁਤ ਖਰਾਬ ਸੀ ਹਮ ਅਸੀਂ ਕਿਹਾ ਕਿ ਇਹਨਾਂ ਦਾ ਹੁਣ ਕੀ ਬਨੇਗਾ ਉਹ ਕਹਿਣ ਅਸੀਂ ਵਾਪਸ ਜਾਣਾ ਉਹ ਬਲੋਚੀ ਕਹੇ ਕਿ ਮੈਂ ਵਾਪਸ ਨਹੀਂ ਜਾਂਦੇ ਨਾ ਹੈ ਅੱਛਾ ਅਸੀਂ ਉਹਨਾਂ ਨੂੰ ਵੀ ਸਮਝਾਇਆ ਕਿ ਹੁਣ ਵਾਪਸ ਇਹਨੇ ਜਾਣ ਨਹੀਂ ਦੇਣਾ ਤੇ ਦਰਗੁਜ਼ਰ ਕਰੋ ਮੇਰੇ ਕੋਲ ਮਤਲਬ ਮੈਡੀਸਨ ਐ ਸੀ ਉਹਨੂੰ ਮੈਂ ਉਹ ਮੈਡੀਸਨ ਦਿੱਤੀ ਦਵਾਈ شويه ਪਾਇਓਡੀਨ ਵਗੈਰਾ ਉਹਨੂੰ ਲਾਈ ਤੇ ਉਹ ਕੁਛ ਨਾ ਦਰਦ ਉਹਦੀ ਠੀਕ ਹੋਈ ਫਿਰ ਬਿਠਾਇਆ ਦੂਸਰੇ ਜਿਹੜੇ ਪਿੱਛੇ ਮੁੰਡੇ ਡਿੱਗੇ ਸਨ ਉਹਨਾਂ ਜ਼ਿਆਦਾ ਹੀ ਹਾਲ ਖਰਾਬ ਸੀ ਉਹਨਾਂ ਦੇ ਆ ਚਿਹਰੇ ਜਿਹੜੇ ਨਾ ਐ ਚੀਜ਼ਾਂ ਕਿਸੇ ਦਾ ਨੱਕ ਨਖੂਨੋਂ ਖੂਨ ਤੇ ਬੜਾ ਹੀ ਜਿਹੜਾ ਨਾ ਬੁਰਾ ਹਾਲ ਸੀ ਉਹਨੇ ਉੱਥੋਂ ਫਿਰ ਡਾਲੇ ਤੇ ਪਾਇਆ ਤੇ ਇੱਕ ਜਗ੍ਹਾ ਤੇ ਜਾ ਕੇ ਨਾ ਉਹਨੇ ਫਿਰ ਸਾਨੂੰ ਡਰਾਵਾ ਪਾਇਆ ਉਹਨੇ ਕਿਹਾ ਲਾਟਾਂ ਚੱਲ ਗਈਆਂ ਨੇ ਐਫਸੀ ਫੇਰ ਮਗਰ ਲੱਗ ਗਈ ਹੈ ਤੇ ਤੁਸੀਂ ਨਾ ਸਿਰ ਥੱਲੇ ਕਰ ਲੋ ਉਹ ਰੇਤਲਾ ਇਲਾਕਾ ਸੀ ਉਹਨੇ ਆਪਣੇ ਨਾ ਫੁੱਲ ਜ਼ੋਰ ਲਾਇਆ ਡਾਲਾ ਬਿਲਕੁਲ ਜਿਹੜਾ ਨਾ ਐਂਜੀ ਸੀ ਜਿਵੇਂ ਹੁਣ ਹੀ ਉਲਟਾ ਲੱਗਾ ਅੱਛਾ ਫਿਰ ਅੱਲਾ ਨੇ ਬਚਾ ਲਿਆ ਫਿਰ ਇੱਕ ਜਗ੍ਹਾ ਤੇ ਉਹਨੇ ਜਾ ਕੇ ਖਲਾ ਰਿਆ ਉਹਨੇ ਕਿਹਾ ਸਾਰੇ ਉਤਰ ਜਾਓ ਉਹ ਐਫਸੀ ਜਿਹੜੀ ਉਹ ਪਿੱਛੇ ਫੌਜ ਹੁੰਦੀ ਸੀ ਤੇ ਉਹਨੇ ਨਾ ਸਾਨੂੰ ਉੱਥੇ ਉਤਾਰ ਕੇ ਤੇ ਆਪ ਉਹ ਦੌੜ ਗਿਆ ਉਹਨੇ ਕਿਹਾ ਇੱਥੇ ਤੁਸੀਂ ਲੁਕ ਜਾਓ ਇੱਕ ਹੋਰ ਡਾਲਾ ਆਏਗਾ ਉਹਦੇ ਤੇ ਤੁਹਾਨੂੰ ਬਿਠਾ ਕੇ ਤੇ ਫਿਰ ਅੱਗੇ ਲੈ ਕੇ ਜਾਵਾਂਗੇ ਉਹਨਾ ਕੁਛ ਦੇਰ ਲੰਗੀਏ ਕੋਈ 15 20 ਮਿੰਟ ਗੁਜ਼ਰੇ ਨੇ ਤੇ ਉਹਨ ਇੱਕ ਹੋਰ ਆਈ ਗੱਡੀ ਅਸੀਂ ਸਾਨੂੰ ਇਹ ਸੀ ਕਿ ਫੌਜ ਹੈ ਬਰਹਾਲੋ ਬਲੋਚੀ ਸਨ ਉਹਨਾਂ ਨੇ ਫਿਰ ਸਾਨੂੰ ਬਿਠਾਇਆ ਉਹਦੇ ਵਿੱਚ ਤੇ ਬਿਠਾ ਕੇ ਤੇ ਅੱਗੇ ਦਾ ਸਫ਼ਰ ਉਹਨਾਂ ਨੇ ਜਾਰੀ ਕਰ ਦਿੱਤਾ ਉਹਨ ਦਿਨ ਰਾਤ ਪੈ ਗਈ ਤੇ ਰਾਤ ਪਹਜਾਇਆ ਉਹਨਾਂ ਡਾਲਾ ਤਕਰੀਬਨ ਕੋਈ ਤੈਨ ਤੋਂ 4 ਘੰਟੇ ਚਲਾਇਆ ਤੇ ਅੱਗੇ ਜਾ ਕੇ ਨਾ ਇੱਕ ਜਗ੍ਹਾ ਤੇ ਪਹਾੜੀਆਂ ਸਨ ਤੇ ਉਹਨਾਂ ਦੇ ਵਿੱਚੋਂ ਨੇ ਸਾਨੂੰ ਉਤਾਰ ਦਿੱਤਾ ਉੱਥੇ ਅੱਗੇ ਵੀ ਦੋ ਬੰਦੇ ਜਿਹੜੇ ਨਾ ਕਿਸੇ ਹੋਰ ਦੇ ਉਹ ਬੈਠੇ ਸਨ ਅੱਛਾ ਬਲੋਚੀ ਸਨ ਨਾਲ ਹੋਰ ਵੀ ਬੰਦੇ ਜਿਹੜੇ ਨਾ ਉੱਥੇ ਬੈਠੇ ਸਨ ਉਹਨਾਂ ਜਾ ਕੇ ਉੱਥੇ ਲਾਇਆ ਉਹਨਾਂ ਨੇ ਸਾਨੂੰ ਪੁੱਛਿਆ ਕਿਹੜੇ ਕਿਹੜੇ ਏਜੰਟ ਦੇ ਬੰਦੇ ਜੇ ਸਾਡੇ ਕੋਲ ਪਰਚੀਆਂ ਲਿਖੀਆਂ ਸਨ ਅਸੀਂ ਉਹਨਾਂ ਨੂੰ ਦਿੱਤੀਆਂ ਕਿ ਐਸਐਸ ਨਾਂ ਦੇ ਏਜੰਟ ਦੇ ਅਸੀਂ ਬੰਦੇ ਆ ਹੂੰ ਉਹਨਾਂ ਸਾਨੂੰ ਕਿਹਾ ਕਿ ਅਗਰ ਕਿਸੇ ਨੇ ਰਾਨੀ ਤੁਮਨ ਲੈਣੇ ਨੇ ਨਾ ਤੇ ਲਿ ਲਵੋ ਅੱਗੋ ਤੈਨੂੰ ਮਹੰਗੇ ਮਿਲਣੇ ਨੇ ਵੱਲ ਤੇ ਮਿਲਣੇ ਨਹੀਂ ਤੇ ਉੰਜ ਜੇ ਅਗਰ ਲਵੋ ਵੀ ਤੇ ਮਹੰਗੇ ਮਿਲਣੇ ਤੇ ਸਾਡੇ ਕੋਲ ਲਿ ਲਵੋ ਅਸੀਂ ਇਹਨਾਂ ਕੋਲੋਂ ਪੈਸੇ ਦੇ ਕੇ ਤੁਮਨ ਲੈ ਲੈਣੇ ਉੱਥੇ ਉਹਨਾਂ ਨੇ ਕਿਹਾ ਰਾਤ ਤੁਸੀਂ ਹੁਣ ਇੱਥੇ ਗੁਜ਼ਾਰਨੀ ਹੈ ਹਾਫਾ ਜੀ ਇੰਨੀ ਠੰਡ ਸੀ ਰਾਤ ਤੇ ਹਵਾ ਇੰਨੀ ਚੱਲੇ ਹੂੰ ਤੇ ਸਾਡੇ ਕੋਲ ਚਾਦਰ ਆ ਸੀ ਕਈਆਂ ਦੋਸਤਾਂ ਕੋਲ ਤੇ ਚਾਦਰ ਵੀ ਕੋ ਨਹੀਂ ਸੀ ਹੈ ਤੇ ਅੱਛਾ ਉਹਨਾਂ ਨੇ ਉੱਥੇ ਸਾਨੂੰ ਸਾਰੀ ਰਾਤ ਬਾਹਰ ਬਿਠਾਇਆ ਤੇ ਹਵਾ ਰਾਤ ਨੂੰ ਚੱਲਣ ਲੱਗ ਗਈ ਸੀ ਕਿ ਅਜੇ بارش ਆ ਗਈ ਤੇ ਸਾਡਾ ਕੀ ਬਣੇਗਾ ਖੈਰ ਅਸੀਂ ਅੱਲਾ ਨੂੰ ਯਾਦ ਕਰਕੇ ਮਤਲਬ ਬੈ ਗਏ ਆ ਤੇ ਸਾਰੀ ਰਾਤ ਸਰਦੀ ਬਹੁਤ ਲੱਗਦੀ ਸੀ ਐਸ ਤਰ੍ਹਾਂ ਹੀ ਸੀ ਜਿਵੇਂ ਹੱਥ ਪੈਰ ਸਾਰੇ ਜਿਹੜੇ ਨਾ ਉਹ ਬਰਫ਼ 'ਚ ਲੱਗੇ ਨੇ ਤੇ ਜਿਵੇਂ ਸਵੇਰ ਹੋਈ ਸਾਨੂੰ ਉਹ ਫਿਰ ਲੈ ਕੇ ਤੇ ਟੁਰ ਪਿਆ ਪੈਦਲ ਅੱਗੇ ਉਹਨੇ ਸਾਨੂੰ ਪੰਜ ਤੋਂ 6 ਘੰਟੇ ਸਫਰ ਕਰਾਇਆ ਅੱਛਾ 마什ਕਲ ਪਹਾੜੀ ਦਾ ਉਹ ਐਸੀ ਐਸੀ ਪਹਾੜੀ ਸੀ ਉੱਦੋਂ ਸਾਡੇ ਨਾਲ ਤਕਰੀਬਨ 3-4 ਮੁੰਡੇ ਜਿਹੜੇ ਨਾ ਉਹ ਪੈਰ ਫਿਸਲਿਆ ਤੇ ਥੱਲੇ ਰੇੜ ਦੇ ਗਏ ਨੇ ਉਹਨਾਂ ਦੇ ਵੀ ਜਿਸਮ ਜਿਹੜਾ ਨਾ ਛਿੱਲੇ ਆ ਗਿਆ ਬੜਾ ਬੁਰਾ ਹਾਲ ਫਿਰ ਉਹਨਾਂ ਨੂੰ ਚੱਕਨ ਵੀ ਨਹੀਂ ਸੰਜਦੇ ਆਂਦੇ ਸਨ ਆਪ ਹੀ ਆ ਜਾਣਗੇ ਨਾ ਉੱਥੋਂ ਬੰਦਾ ਪਿੱਛੇ ਜਾ ਸਕਦਾ ਸੀ 마什ਕਲ ਐਸੀ ਉੱਥੇ ਤੁਹਾਨੂੰ ਪਤਾ ਬਲੋਚੀ ਦੇ ਡਿਗ ਪਿਆ ਡਿਗ ਪਿਆ ਡਿਗ ਪਿਆ ਉਹਨੂੰ ਨਹੀਂ ਉਹਨਾਂ ਨੇ ਫੜਨਾ ਹੈ ਕਿਹੜਾ ਗਿਆ ਗਿਆ ਹਾਂ ਸਹੀ ਹੋ ਗਿਆ ਉੱਥੋਂ ਫੇਰ ਕਈ ਜਿਹਨਾਂ ਦੇ ਨਾਲ ਦੇ ਸਨ ਜਿਹੜਾ ਕੋਈ ਪਿੱਛੇ ਮੁੜਦਾ ਸੀ ਉਹਨੂੰ ਛੋਟੀਆਂ ਮਾਰਦੇ ਸਨ ਕਿ ਵਾਪਸ ਪਿੱਛੇ ਤੂੰ ਮੁੜ ਕੇ ਨਹੀਂ ਵੇਖਣਾ ਤੇਰੀ ਵਜ੍ਹਾ ਤੋਂ ਅਸੀਂ ਵੀ ਫੜੀ ਸਕਨੇ ਆ ਉਹ ਮਜਬੂਰ ਸਨ ਨਹੀਂ ਸਨ ਫੜ ਸਕਦੇ ਉਹਨਾਂ ਨੇ ਮਾਸਕਲ ਉੱਤੇ ਬਿਲਕੁਲ ਚੋਟੀ ਤੇ ਜਾ ਕੇ ਸਾਨੂੰ ਬਿਠਾ ਦਿੱਤਾ ਜਿਸ ਤਰ੍ਹਾਂ ਹੀ ਦਿਨ ਸੀ ਫੁੱਲ ਜਿਦੋਂ ਸੂਰਜ ਨਿਕਲਿਆ ਤੇ ਉੱਥੇ ਹੀਟ ਹੋ ਗਈ ਗਰਮੀ ਬਹੁਤ ਜ਼ਿਆਦਾ ਨਾ ਹੀ ਉੱਥੇ ਕੋਈ ਪਾਣੀ ਦਾ ਨਿਜ਼ਾਮ ਸੀ ਆਪਣੇ ਕੋਲੋਂ ਵੀ ਸਾਡੇ ਕੋਲ ਪਾਣੀ ਜਿਹੜਾ ਮੈਂ ਖਤਮ ਹੋ ਗਿਆ ਸਾਨੂੰ ਸਮਝਾਇਆ ਬਹੁਤ ਸੀ ਕਿ ਪਾਣੀ ਨਾ ਮੁਕੇ ਪਰ ਸਾਡੇ ਕੋਲ ਪਾਣੀ ਵੀ ਖਤਮ ਹੋ ਗਿਆ ਨਾ ਹੀ ਕੋਈ ਖਾਣ ਨੂੰ ਚੀਜ਼ ਨਾ ਹੀ ਕੋਈ ਪਾਣੀ ਚਨੇ ਸਨ ਸਾਡੇ ਕੋਲ ਅੱਛਾ ਤੇ ਖਜੂਰਾ ਉਹ ਅਗਰ ਚਨੇ ਖਾਂਦੇ ਸਨ ਤਾਂ ਪਿਆਸ ਹੋਰ ਲੱਗਦੀ ਸੀ ਇਸ ਤੋਂ ਜਿਹੜਾ ਨਾ ਬਹੁਤ ਹੀ ਉੱਥੇ ਬੁਰਾ ਹਾਲ ਹੋਇਆ ਅੱਛਾ ਉਹਨਾਂ ਨੇ ਸਾਨੂੰ ਸਾਰਾ ਦਿਨ ਉੱਥੇ ਬਿਠਾਈ ਰੱਖਿਆ ਧੁੱਪ ਦੇ ਵਿੱਚ ਹੂੰ ਤੇ ਧੁੱਪ ਦੇ ਵਿੱਚ ਬਿਠਾਈ ਰੱਖਿਆ ਸੀ ਕਿਾ ਕਿਧੋਂ ਅੱਗੇ ਨਿਕਲਣਾ ਅੱਛਾ ਬਰਹਾਲ ਉਹਨਾਂ ਨੇ ਸਾਨੂੰ ਆਂਦੇ ਸਾਨੂੰ ਜਿਵੇਂ ਸਾਨੂੰ ਇਸ਼ਾਰਾ ਆਏਗਾ ਉਮੇ ਤਾਂ ਨੂੰ ਅੱਗੇ ਕੱਢ ਦੇਵਾਂਗੇ ਸਹੀ ਹੋ ਅਸੀਂ ਸਾਰਾ ਦਿਨ ਭੁੱਖ ਪਿਆਸ ਬਰਦਾਸ਼ ਕੀਤੀ ਕਈ ਮੁੰਡੇ ਵਿੱਚੋਂ ਦੇ ਇਸ ਤਰ੍ਹਾਂ ਜਿਵੇਂ ਬੇਹੋਸ਼ ਹੋਣ ਵਾਲੇ ਨੇ ਫਿਰ ਇੱਕ ਮੁੰਡਾ ਗਿਆ ਉਹ ਪਤਾ ਨਹੀਂ ਕਿਹੜੇ ਚਸ਼ਮੇ ਚੋਂ ਜਾਂ ਕਿਸੇ ਛੱਪੜ ਵਿੱਚੋਂ ਪਾਣੀ ਲੈ ਕੇ ਆਇਆ ਤੇ ਉਹਨੂੰ ਲਿਆ ਕੇ ਥੋੜਾ ਕੋ ਪਿਆ ਤੇ ਥੋੜੀ ਹੋਸ਼ ਆਈ ਪਰ ਉਹਨੂੰ ਇਹ ਨਹੀਂ ਦੱਸਿਆ ਕਿ ਛੱਪੜ ਦਾ ਪਾਣੀ ਹੈ ਕੀ ਲਿਆ ਪੀ ਉਹਨੇ ਲਿਆ ਤੇ ਉਸ ਤੋਂ ਬਾਅਦ ਉਹਨੇ ਸਾਨੂੰ ਲਾ ਦਿੱਤਾ ਪਹਾੜੀ ਤੋਂ ਥੱਲੇ ਉਤਾਰਨ ਵਾਸਤੇ ਲਾਇਆ ਇੱਕ ਸਾਡੇ ਨਾਲ ਮੁੰਡਾ ਸੀ ਉਹ ਵਿਚਾਰਾ ਬੱਚਾ ਜੈ ਸੀ ਹੋਣੀ ਉਹਦੀ ਕੋਈ 15 ਤੋਂ 16 ਸਾਲ ਉਮਰ ਹੋਏਗੀ ਤੇ ਉਹ ਵਿਚਾਰਾ ਘੱਲੋਂ ਘਰੋਂ ਇਕੱਲਾ ਹੀ ਟੁਰਿਆ ਸੀ ਉਹਦੇ ਨਾਲ ਕੋਈ ਵੀ ਨਹੀਂ ਸੀ ਹੈ ਤੇ ਉਹ ਕਿਤੇ ਚੋਰੀ ਘਰੋਂ ਨਿਕਲਿਆ ਸੀ ਨਾ ਉਹਨੇ ਮਾਂ ਪਿਓ ਨੂੰ ਆਪਣੇ ਨੂੰ ਦੱਸਿਆ ਸੀ ਉਹ ਵਿਚਾਰਾ ਉੱਤੋਂ ਫਿਸਲਿਆ ਉਹ ਪਹਾੜੀ ਇਸ ਤਰ੍ਹਾਂ ਨਾ ਤੁਹਾਨੂੰ ਪਤਾ ਸਿੱਧੀ ਥੱਲੇ ਨੂੰ ਉਤਰਦੀ ਉਹ ਹਾਂ ਬੜਾ ਖਤਰਨਾਕ ਇਹ ਹੋ ਜਾਗਾ ਅੱਛਾ ਉੱਥੋਂ ਜਿਹੜਾ ਬੰਦਾ ਤਿਲਕਿਆ ਨਾ ਉਹਨੇ ਜ਼ਮੀਨ ਤੱਕ ਥੱਲੇ ਜਾਂਦੇ ਆ ਤੇ ਕਰੋ ਨਹੀਂ ਮੇਰੇ ਖਿਆਲ ਨਾਲ ਨਹੀਂ ਬਚ ਸਕਦਾ ਓਏ ਹੋ ਤੇ ਉਹ ਉਹ ਬੱਚਾ ਵਿਚਾਰਾ ਜਿਹੜਾ ਨਾ ਉਹ ਆਮ ਰੂਟੀਨ ਨਾਲ ਉਹ ਭੱਜ ਕੇ ਥੱਲੇ ਉਤਰਿਆ ਦਾ ਪੈਰ ਫਿਸਲਿਆ ਤੇ ਡੇੜਦਾ ਗਿਆ ਕੋਈ ਵਾਵਾ 2 5 ਫੁੱਟ ਨਾਲ ਡੇੜਦਾ ਗਿਆ ਅੱਗੇ ਮੁੰਡੇ ਸਨ ਉਹਨਾਂ ਦੇ ਨਾਲ ਪੈਰਾਂ ਵਿੱਚ ਜਾ ਕੇ ਲੱਗ ਗਿਆ ਹਮ ਤੇ ਉਹਦੇ ਨੱਕ ਵਿੱਚੋਂ ਖੂਨ ਹੋਣਾ ਸ਼ੁਰੂ ਹੋ ਗਿਆ ਓਏ ਹੋ ਜਿਸਮ ਵਿੱਚ ਉਹਦਾ ਜਿਹੜਾ ਨਾ ਜ਼ਖਮ ਉਹ ਜ਼ਖਮੀ ਤੇ ਉਹ ਨਾ ਉਹਨੂੰ ਖੜ ਚੁੱਕਿਆ ਉਹਨਾਂ ਨੇ ਪਾਣੀ ਸ਼ਾਣੀ ਪਿਆ ਉੱਥੇ ਇੱਧਾ ਘੰਟਾ ਸਟੇ ਕੀਤਾ ਉਹਨਾਂ ਕਹਿੰਨੂ ਨਾ ਥੋੜੀ ਰੈਸਟ ਦਿਓ ਉਹਦੇ ਨਾਲ ਸਾਰੇ ਦੇ ਹੱਥ ਪੈਰ ਕੁੱਟਨ ਨੂੰ ਕੇਅਰ ਉਹਦੀ ਕਰਨ ਬਰਹਾ ਲੋ ਟੁਰਨ ਜੋ ਗਨੀ ਸੀ ਹੈ ਤੇ ਜਿਹੜੇ ਦੋਸਤਾਂ ਵਖਨ ਉਹਨੇ ਨੂੰ ਕੋਣ ਨਾਲ ਲੈ ਕੇ ਜਾਏ ਵਿੱਚੋਂ ਕੋਈ ਮੁੰਡੇ ਆਂਦੇ ਨੇ ਚਲੋ ਅਸੀਂ ਨਾਲ ਥੋੜਾ ਥੋੜਾ ਕਰਕੇ ਸਫਰ ਇਹਦਾ ਤਿਆਰ ਕਰਵਾਨੇ ਆ ਪੰਜ ਤੋਂ 6 ਘੰਟੇ ਜਿਹੜਾ ਨਾ ਉਹ ਪਹਾੜੀ ਉਤਾਰੀ ਉਹਨਾਂ ਥੱਲੇ ਥੱਲੇ ਜਾ ਕੇ ਤੇ ਸਾਨੂੰ ਆਂਦੇ ਨੇ ਪੈਸੇ ਦਿਓ ਜੇ ਕਿਸੇ ਪਾਣੀ ਲੈਣਾ ਸਾਡੇ ਕੋਲ ਉਹਨਾਂ ਨੇ 5-500 ਰੁਪਇਆ ਲਿਆ ਸਾਨੂੰ ਉਹਨਾਂ ਦੋ-ਦੋ ਬੋਤਲਾਂ ਪਾਣੀ ਦੀਆਂ ਦਿੱਤੀਆਂ ਨੇ ਅਸੀਂ ਕਿਹਾ ਚਲੋ ਹੁਣ ਪਿਆਸ ਲੱਗੀ ਸਾਨੂੰ ਜ਼ਰੂਰਤ ਹੈ ਅਸਾਂ ਤੇ ਪੀਣਾ ਹੀ ਪੀਣਾ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਕਿਹਾ ਚਲੋ ਟੁਰੋਗੇ ਅੱਗੇ ਟੁਰਾਂ ਲੱਗੇ ਆ ਤੇ ਉਹ ਡਾਲੇ ਵਾਲਾ ਜਿਹੜਾ ਨਾ ਉਹਨਾਂ ਨੇ ਕਿਹਾ ਡਾਲੇ ਤੇ ਡਾਲੇ ਤੱਕ ਜਾਣਾ ਤੇ ਸਾਨੂੰ ਪੈਸੇ ਦਿਓ ਅਸੀਂ ਮੋਟਰਸਾਈਕਲ ਤੇ ਤੁਹਾਨੂੰ ਛੱਡੋਣੇ ਆ ਉਹਨਾਂ ਹਜ਼ਾਰ-ਹਜ਼ਾਰ ਰੁਪਇਆ ਸਾਡੇ ਕੋਲੋਂ ਫੇਰ ਲੈ ਲਿਆ ਫਿਰ ਅਸੀਂ ਡਾਲੇ ਤੱਕ ਡਾਲੇ ਤੱਕ ਗਏ ਆ ਡਾਲਾ ਇੱਕ ਇੱਕ ਮੁੰਡਿਆਂ ਦਾ ਜਿਹੜਾ ਨਾ ਉਹ ਕੁਝ ਮੁੰਡੇ ਉਹਨਾਂ ਦੇ ਵਿੱਚ ਬਿਠਾ ਕੇ ਤੇ ਲੈ ਗਿਆ ਉਹਨਾਂ ਨੇ ਕਿਹਾ ਦੂਸਰੀ ਦਫਾ ਮੈਂ ਫੇਰ ਆਵਾਂਗਾ ਤੁਸੀਂ ਇੱਥੇ ਹੀ ਰਹਿਣਾ ਅੱਛਾ ਉੱਥੇ ਹੁਣ ਰਾਤ ਹੋ ਗਈ ਅਸੀਂ ਕਿਹਾ ਕਿ ਮਤਲਬ ਹੁਣ ਕੀ ਕਰੀਏ ਨਾ ਵੇ ਇਥੇ ইরਾਨੀ ਫੌਜ ਪੈਜੀ ਇਰਾਨ ਵਿੱਚ ਦਾਖਲ ਹੋ ਗਏ ਸੋ ਨਾ ਅਸੀਂ ਗੈਰਾਨੀ ਪੈ ਗਏ ਤੇ ਉਹਨਾਂ ਨੇ ਤੇ ਕੋਈ ਹਾਲ ਨਹੀਂ ਛੱਡਣਾ ਈਰਾਨ ਵਾਲੇ ਬਹੁਤ ਮਾਰਦੇ ਨੇ ਅੱਛਾ ਜੀ ਉਹ ਨਾ ਕੁਝ ਟਾਈਮ ਗੁਜ਼ਰਿਆ ਤੇ ਡਾਲਾ ਆ ਗਿਆ ਉਹ ਅਸੀਂ ਕੋਈ 35 ਤੋਂ 40 ਮੁੰਡੇ ਜਿਹੜੇ ਨਾਲ ਬਚ ਗਏ ਸਾਂ ਸਹੀ ਹੋ ਉਹਨੇ ਕਿਹਾ ਸਾਰੇ ਜਲਦੀ ਆਓ ਜਲਦੀ ਅਸੀਂ ਗਏ ਆ ਉੱਥੇ ਜਗ੍ਹਾ ਇੰਨੀ ਹੈ ਨਹੀਂ ਸੀ ਉਹਨੇ ਕਿਹਾ ਸਾਰੇ ਮੁੰਡੇ ਜਿਹੜੇ ਨਾਲ ਡਾਲੇ ਦੇ ਵਿੱਚ ਖਲੋਜੋ ਬੈਗ ਥੱਲੇ ਉਹਨੇ ਰੱਖ ਕੇ ਉਹਨੇ ਕਿਹਾ ਸਾਰੇ ਮੁੰਡੇ ਨਾ ਵਿੱਚ ਖੜੇ ਹੋ ਜਾਓ ਵਿੱਚ ਮੁੰਡੇ ਬੈਹਣ ਦੀ ਕੋਸ਼ਿਸ਼ ਕਰਨ ਲੱਗਨ ਤੇ ਉਹ ਪੈਪ ਲੈ ਗਏ ਪੈਪ ਨਾਲ ਮਾਰਦਾ ਸੀ ਅੱਛਾ ਉਹ ਵਿਚਾਰੇ ਮੁੰਡੇ ਹੁਣ ਉਹ ਆਂਦੇ ਸਨ ਅਸੀਂ ਹੁਣ ਕੀ ਕਰੀਏ ਮਜਬੂਰੀ ਉਹਨਾਂ ਵਿੱਚ ਖਲਾਰ ਕੇ ਜੱਕਦਮ ਆਂਦੇ ਨੇ ਬਿਸ਼ੀ ਓਏ ਹੋਏ ਬੀਸੀ ਬਦਾ ਕਹਿੰਦੇ ਬੀਸੀ ਕਿ ਬਹਿ ਜੋ ਥੱਲੇ ਉਹ ਇਕਦਮ ਮੁੰਡੇ ਬਹਿੰਦੇ ਜਿੱਥੇ ਜਿੱਥੇ ਬਹਿ ਗਿਆ ਨਾ ਵਿੱਚ ਆਪਣੀ ਲੱਤਾਂ ਇੰਜ ਜਕੜੀਆਂ ਜਾਂਦੀਆਂ ਸਾਨੂੰ ਤੇ ਬੜੇ ਆਵਾਜ਼ਾਰ ਤੇ ਜਿਸ ਤਰ੍ਹਾਂ ਹੀ ਬਹਿੰਦੇ ਸਨ ਉਹ ਡਾਲਾ ਭਜਾ ਦਿੰਦਾ ਸੀ ਹੂੰ ਹੂੰ ਉਹਨੇ ਨਾ ਕੋਈ ਤਿੰਨ ਤੋਂ ਚਾਰ ਘੰਟੇ ਉਹਨੇ ਭਜਾ ਕੇ ਰਾਂ ਦਾ ਇੱਕ ਛੋਟਾ ਜਿਹਾ ਪਿੰਡ ਸੀ ਉਹਦੇ ਵਿੱਚ ਜਾ ਕੇ ਨਾ ਉਹਨੇ ਇੱਕ ਬੱਕਰੀਆਂ ਵਾਲਾ ਢਾਰਾ ਬਣਾਇਆ ਸੀ ਉਹਦੇ ਵਿੱਚ ਜਾ ਕੇ ਨਾ ਉਹਨੇ ਉੱਥੇ ਲਾਇਆ ਸਾਨੂੰ ਉਹਨਾਂ ਨੇ ਉੱਥੇ ਬਿਠਾ ਦਿੱਤਾ ਇੰਨੀ ਗੰਦੀ ਜਗ੍ਹਾ ਤੁਸੀਂ ਯਕੀਨ ਕਰੋ ਉੱਥੇ ਸ਼ਾਪ ਵੀ ਉੱਥੇ ਕਰਦੇ ਸਨ ਉੱਥੇ ਹੀ ਬਹਿਣਾ ਪਰ ਹਲ ਉਹਥੇ ਬਹਿਣ ਦਾ ਕੋਈ ਹਾਲ ਨਹੀਂ ਸੀ ਮੁੰਡੇ ਜਿਹੜੇ ਨਾ ਉਹ ਖਲੋ ਕੇ ਕਈਆਂ ਨੇ ਟਾਈਮ گزارਿਆ ਕੋਈ ਵਿਚਾਰੇ ਜਿਹੜੇ ਬਹੁਤ ਥੱਕੇ ਸਨ ਜਿਨ੍ਹਾਂ ਨੂੰ ਸੱਟਾਂ ਲੱਗੀਆਂ ਸਾਨੂੰ ਉਹ ਉੱਥੇ ਬਹਿ ਜਾਂਦੇ ਸਨ ਅੱਛਾ ਹਾਲ ਬੁਰਾ ਹੀ ਸੀ ਉਹ ਰਾਨੀ ਆਇਆ ਉਹਨੇ ਕਿਹਾ ਖਾਣਾ-ਚਾਣਾ ਖਾਣਾ ਤੇ ਨਹੀਂ ਪਹਿਲੇ ਉਹਨੇ ਕਿਹਾ ਖਾਣਾ ਲਿਆ ਕੇ ਦਿੱਤਾ ਖਾਣਾ ਉਹਨੇ ਖਵਾ ਦਿੱਤਾ ਦਹੀਂ ਤੇ ਕੋ ਸੋਮੇ ਟੈਪ ਉਹ ਦਿੰਦੇ ਨੇ ਰੋਟੀ ਉਹ ਖਾਦੀ ਨਹੀਂ ਜਾਂਦੀ ਹੈ ਅੱਛਾ ਤੇ ਉਹ ਮੁੰਡਿਆਂ ਨੇ ਥੋੜੀ ਥੋੜੀ ਖਾ ਕੇ ਦਹੀਂ ਖਾ ਲਈ ਤੇ ਥੋੜੀ ਦੇਰ ਬਾਅਦ ਆਇਆ ਤੇ ਕਹਿੰਦਾ ਵੀਡੀਓ ਬਣਾਈਏ ਕਿ ਪੈਸਾ ਵੈਸਾ ਤੇ ਨਹੀਂ ਲਿਆ ਤੇ ਮੁੰਡਿਆਂ ਨੇ ਕਿ ਨਹੀਂ ਲਿਆ ਠੀਕ 5 ਮਿੰਟ ਬਾਅਦ ਆਂਦਾ ਕੱਢੋ 10000 ਰੁਪਇਆ ਸਾਰਿਆਂ ਨੇ ਖਾਦੀ ਸੀ ਉਹ ਮੁੰਡੇ ਕਹਿੰਦੇ ਇੱਕ ਹੀ ਗੱਲ ਹੈ ਤੇ ਉਹ ਹੁਣ ਦੇਨੇ ਉਹ ਨੂੰ 10000 ਕੱਢ ਕੇ ਫੇਰ ਦਿੱਤਾ ਫਿਰ ਉਹਨੇ ਨਾ ਪਰੇ ਕੋ ਸਬਕ ਆ ਗਿਆ ਹੁਣ ਸਾਰਿਆਂ ਨੂੰ ਬਈ ਜਿੱਥੇ ਕੋ ਪੁੱਛਿਆ ਕਰਨ ਲੈ ਨੇ ਹਾਂ ਤੂੰ ਸਾਰਿਆਂ ਨੂੰ ਪਤਾ ਲੱਗ ਗਿਆ ਫੇਰ ਨਾ ਸਾਰੀ ਰਾਤ ਉਹਨੇ ਉੱਥੇ ਉਸ ਢਾਰੇ ਦੇ ਵਿੱਚ ਢਾਰਾ ਢਾਰਾ ਕਹਦਾ ਸੀ ਤੂੰ ਛੱਤ ਤੇ ਹੈ ਕੋਈ ਨਹੀਂ ਸੀ ਚਾਰ ਦਵਾਰੀ ਉਹਦੀ ਵਲੀ ਸੀ ਕੰਨਾਂ ਹੋਈਆਂ ਸਨ ਬਾੜਾ ਹੀ ਸੀ ਹਾਂ ਉੱਤੋਂ ਸਰਦੀ ਇੰਨੀ ਜਿਵੇਂ ਜਿਵੇਂ ਅੱਗੇ ਅੱਗੇ ਜਾਂਦਾ ਸੀ ਸਰਦੀ ਹੋਰ ਜ਼ਿਆਦਾ ਹੁੰਦੀ ਜਾਂਦੀ ਸੀ ਰਾਤ ਨੂੰ ਬਹੁਤ ਸਰਦੀ ਹੁੰਦੀ ਸੀ ਦਿਨ ਨੂੰ ਬਹੁਤ ਗਰਮੀ ਹੋ ਜਾਂਦੀ ਸੀ ਈਰਾਨ ਵਿੱਚ ਉੰਜ ਵੀ ਗਰਮੀ ਬਹੁਤ ਜ਼ਿਆਦਾ ਉਹਨਾਂ ਦਿਨ ਚੜਿਆ ਤੇ ਦੋ ਟੈਕਸੀਆਂ ਆਈਆਂ ਨੇ ਦੋ ਟੈਕਸੀਆਂ ਪਹਿਲੇ ਆਈਆਂ ਨੇ ਬੰਦੇ ਸਾਂ ਅਸੀਂ 40 ਉਹਨਾਂ ਨੇ ਕਿਹਾ ਕਿ ਟੈਕਸੀ ਇੱਕ ਹੋਰ ਬਲਾਓ ਉਹਨਾਂ ਤਿੰਨ ਟੈਕਸੀਆਂ ਬਲਾ ਕੇ ਦੂਹ ਦੇ ਵਿੱਚ ਉਹਨਾਂ ਨੇ 13-13 ਬੰਦੇ ਪਾ ਦਿੱਤੇ ਨੇ ਤੇ ਇੱਕ ਦੇ ਵਿੱਚ ਉਹਨਾਂ ਨੇ 14 ਪਾ ਦਿੱਤੇ ਨੇ ਉਹ ਇਸ ਤਰ੍ਹਾਂ ਚਾਰ ਬੰਦੇ ਜਿਹੜੇ ਨੇ ਉਹ ਡਿੱਕੀ 'ਚ ਪਾਉਂਦੇ ਸਨ ਤੇ ਦੂਸਰੇ ਜਿਹੜੇ ਨੇ ਅਗਲੀਆਂ ਸੀਟਾਂ ਤੇ ਮੈਨੂੰ ਆਂਦੇ ਨੇ ਡਿੱਕੀ 'ਚ ਚੱਲ ਮੈਂ ਮੈਂ ਕਿਹਾ ਮੈਂ ਤਾਂ ਨਹੀਂ ਜਾਣਾ ਹੈ ਮੈਨੂੰ ਅੱਗੀ ਇੱਕ ਦੋਸਤ ਨੇ ਦੱਸਿਆ ਸੀ ਕਿ ਡਿੱਕੀ ਵਜਵਾਉਣ ਲੱਗਣ ਤਾਂ ਪੈਸੇ ਦੇ ਦੇਣੇ ਮੈਂ 10000 ਤੁਹਾਨੂੰ ਨੋਟ ਕੱਢਿਆ ਮੈਂ ਕਿਹਾ ਮੈਂ ਅੱਗੇ ਬਹਿਣਾ 10000 ਰੁਪਇਆ ਫੜਿਆ ਉਹਨੇ ਕਿਹਾ ਚਲ ਠੀਕ ਹੈ ਅੱਗੇ ਬਹਿ ਜਾ ਜਿਹੜਾ ਬਿਲਡਰ ਜੋਂ ਨੇ ਉਹਨੂੰ ਉਹਨੇ ਕੋਸ਼ਿਸ਼ ਕੀਤੀ ਉਹਨੇ ਕਿਹਾ ਮੈਨੂੰ ਵੀ ਬਿਠਾਓ ਪਰ ਉਹਨਾਂ ਨੇ ਪੈਸੇ ਤਾਂ ਪੈਸੇ ਲੈਣ ਦੇ ਬਾਵਜੂਦ ਵੀ ਉਹਨਾਂ ਨੇ ਕੋਈ ਨਹੀਂ ਬਾਇਆ ਪੈਸੇ ਲੀ ਲੈਣ ਫਿਰ ਵੀ ਨਹੀਂ ਉਹਨਾਂ ਨੇ ਬਿਠਾਇਆ ਤੇ ਬਰਹਾਲ ਉਹਨਾਂ ਡਿੱਕੀ 'ਚ ਨਹੀਂ ਬਿਠਾਇਆ ਅੱਗੇ ਬਿਠਾ ਦਿੱਤਾ ਡਿੱਕੀ ਵਿੱਚ ਚਾਰ ਮੁੰਡੇ ਬਿਠਾਉਂਦੇ ਸਨ ਪਤਾ ਸਜਦੇ ਸਜਦੇ ਵਿੱਚ ਜਿਵੇਂ ਬੰਦਾ ਜਾਏ ਇਸ ਤਰ੍ਹਾਂ ਸਜਦਾ ਉਹਨਾਂ ਨੂੰ ਲੰਮੇ ਪਵਾ ਕੇ ਤੇ ਉੱਤੋਂ ਡਿੱਕੀ ਬੰਦ ਕਰ ਦਿੰਦੇ ਹਨ ਤੇ ਵਿੱਚ ਉਹ ਜਿੱਥੇ ਜਾ ਕੇ ਬੰਦਾ ਬਹਿ ਜਾਂਦਾ ਸੀ ਹਾਬ ਲੋ ਡਿੱਕੀ ਦੇ ਵਿੱਚ ਉਹ ਕਿਵੇਂ ਬੈੰਦੇ ਹੋਣਗੇ ਚਾਰ ਮੁੰਡੇ ਉਹ ਤੇ ਪਾਕਿਸਤਾਨ ਦੇ ਵਿੱਚ ਜੇ ਫੱਟੇ ਆ ਤੇ ਬਹਿਣਾ ਪੈ ਜਾਣਾ ਟਿਉਟੇ ਵਾਲੇ ਟਿਉਟੇ ਤੇ ਤੇ ਲੋਕ ਉੱਥੇ ਬੜੀ ਮੁਸ਼ਕਲ ਗੋਡਿਆਂ 'ਚ ਗੋਡੇ ਫਸਾ ਕੇ ਬੈੰਦੇ ਨੇ ਉਹ ਤੇ ਫਿਰ ਵੀ ਡਿੱਕੀ ਤੇ ਉਹ ਡਿੱਕੀ ਸੀ ਉਹਦੇ ਵਿੱਚ ਸਾਹ ਵੀ ਬੰਦ ਹੋ ਜਾਂਦਾ ਸੀ ਅੱਛਾ ਫਿਰ ਉਹ ਉਹਨਾਂ ਨੇ ਲੋਡ ਕੀਤਾ ਤੇ ਉਹਨਾਂ ਨੇ ਗੱਡੀ ਬੁਝਾਰ ਰੱਖੀ ਇੱਕ ਘੰਟਾ ਚੱਲੀ ਤੇ ਮੁੰਡਿਆਂ ਨੇ ਪਿੱਛੋਂ ਡਿੱਕੀ ਖੜਕਾਈ ਉਹਨਾਂ ਦਾ ਸਾਹ ਰੁਕ ਗਿਆ ਸੀ ਅੱਛਾ ਤੇ ਪਸੀਨੇ ਪਸੀਨੀ ਉਹਨਾਂ ਗੱਡੀ ਸਾਈਡ ਤੇ ਲਾ ਕੇ ਨਾ ਖਲਹਾਰੀ ਏ ਤੇ ਉਹਨਾਂ ਨੇ ਆਖਿਆ ਕਿ ਕੀ ਤੈਨੂੰ ਮਸਲਾ ਹੈ ਉਹਨਾਂ ਨੇ ਕਿਹਾ ਸਾਡਾ ਸਾਹ ਰੁਕੰਦਿਆ ਪਸੀਨੇ ਪਸੀਨੀ ਉਹਨਾਂ ਨੇ ਉਹਨੂੰ ਕੱਢਿਆ ਨਹੀਂ ਉਹਨੂੰ ਤਾਂ ਮਾਰਿਆ ਓਏ ਹੋ ਹੋ ਉਹਨਾਂ ਨੇ ਮਾਰਿਆ ਵਿਚਾਰੇ ਵਿੱਚ ਰੋਂਦੇ ਸਨ ਉਹਨਾਂ ਦੀ ਸਾਨੂੰ ਕਿ ਅਸੀਂ ਇੱਥੇ ਕੀ ਸਾਡੇ ਨਾਲ ਕਰਨ ਦੇ ਤੁਸੀਂ ਪਰ ਉਹ ইরਾਨੀ ਸਨ ਉਹਨਾਂ ਨੂੰ ਸਾਡੀ ਜ਼ੁਬਾਨ ਨਹੀਂ ਸੀ ਹੁੰਦੀ ਐ ਤੇ ਉਹਨਾਂ ਨੇ ਮਾਰ ਕੇ ਫਿਰ ਡਿੱਕੀ ਬੰਦ ਕਰਕੇ ਉਹਨਾਂ ਨੇ ਫਿਰ ਗੱਡੀ ਢੋਰ ਦਿੱਤੀ ਉਹ ਤਕਰੀਬਨ 5 ਤੋਂ 6 ਘੰਟੇ ਚਲਾਈ ਉਹਨਾਂ ਨੇ ਉਹ ਮੁੰਡਾ ਇੱਕ ਵਿੱਚ ਬੇਹੋਸ਼ ਹੋ ਗਿਆ ਸੀ ਹੂੰ ਉਹ ਡਿੱਕੀ ਖੜਕਾਏ ਉਹ ਖੋਲਨਾਂ ਅਸੀਂ ਵੀ ਉਹਨਾਂ ਨੂੰ ਕਹੀਏ ਡਿੱਕੀ ਖੋਲੋ ਉਹ ਖੋਲਦੇ ਨਹੀਂ ਸਨ ਤੇ ਉਹ ਜਿਹੜਾ ਕੋਈ ਆਂਦਾ ਸੀ ਨਾ ਉਹਨੂੰ ਇੰਜ ਕੋ ਨਹੀਂ ਮਾਰਦੇ ਸਨ ਬੈਗ ਕਿ ਇਹ ਚੁੱਪ ਕਰ ਜਾ ਬੋਲਣਾ ਨਹੀਂ ਹੈ ਹੂੰ ਉਹ ਨਾ ਕੋਈ ਵੀ ਨਾ ਖੁੱਲਣ ਜਦੋਂ 5-6 ਘੰਟੇ ਗੱਡੀ ਚੱਲ ਗਈ ਬਾਹਰ ਈਰਾਨ ਦੇ ਕਿਸੇ ਬਾਹਰ ਇਲਾਕੇ ਵਿੱਚ ਟਰ ਗਿਆ ਸ਼ਹਿਰ ਤੋਂ ਬਾਹਰ ਉੱਥੇ ਜਾ ਕੇ ਉਹਨੇ ਟੈਕਸੀ ਖਿਲਾਰੀ ਤੇ ਉਹ ਵਿੱਚੋਂ ਮੁੰਡਾ ਕੱਢਿਆ ਤੇ ਉਹ ਬੇਹੋਸ਼ ਹੋਇਆ ਪਿਆ ਅੱਛਾ ਉਹਨੂੰ ਬਾਹਰ ਕੱਢਿਆ ਉਹਨਾਂ ਨੇ ਤੇ ਉਹ ਜਿਹੜੇ ਮੁੰਡੇ ਨਾ ਵਿੱਚੋਂ ਕਈ ਮੁੰਡੇ ਜਿਹੜੇ ਨਾ ਰੋਣ ਲੱਗ ਗਏ ਜਿਹੜੇ ਅੱਗੇ ਵੀ ਗੱਡੀ ਵਿੱਚ ਬੈਠੇ ਸਨ ਨਾ ਉਹ ਵੀ ਰੋਣ ਲੱਗ ਗਏ ਕਿ ਬੜਾ ਜ਼ੁਲਮ ਹੋੰਦਿਆ ਤੇ ਵਿੱਚੋਂ ਕਈ ਆਖਨ ਅਸੀਂ ਵਾਪਸ ਜਾਣਾ ਉਹ ਵਾਪਸ ਨਾ ਜਾਣ ਦੇਣ ਜਿਹੜਾ ਵਾਪਸ ਦਾ ਨਾਮ ਲੈਂਦਾ ਸੀ ਨਾ ਉਹਨਾਂ ਨੇ ਪੱਖੇ ਦਾ ਰਾੜ ਨਹੀਂ ਉੱਤੇ ਲੱਗਾ ਹੁੰਦਾ ਹੂੰ ਹੂੰ ਜਿਹੜਾ ਛੱਤ ਨਾਲ ਲੱਗਾ ਉਹ ਰਾੜ ਉਹਨਾਂ ਦੇ ਕੋਲ ਸੀ ਉਹਨਾਂ ਨੇ ਉਹ ਰਾੜ ਲੈ ਕੇ ਤੇ ਉਹ ਜਿਹੜਾ ਆਂਦਾ ਸੀ ਵਾਪਸ ਜਾਣਾ ਉਹਨੂੰ ਦੋ ਤਿੰਨ ਮਾਰਦੇ ਸਨ ਕਮਰ ਦੇ ਵਿੱਚ ਹੂੰ ਹੂੰ ਤੇ ਉਹ ਬੰਦਾ ਉਹ ਜਿਹੜਾ ਤੇ ਵੇਖ ਜਿਹਨੂੰ ਵਾਜਦਾ ਸੀ ਉਹਨੂੰ ਤਾਂ ਸੱਟ ਲੱਗਦੀ ਸੀ ਦੂਸਰੇ ਵੇਖਣ ਵਾਲੇ ਉਂਝ ਵੀ ਨਹੀਂ ਸਨ ਨਾਂ ਲੈਂਦੇ ਜਾਣ ਦਾ ਬਾਅਦ ਵਿੱਚ ਸਹੀ ਹੋ ਗਿਆ ਉਹਨਾਂ ਨੇ ਜਾ ਕੇ ਫੇਰ ਇੱਕ ਇਕਰਾਨੀ ਹੋਰ ਸੀ ਈਰਾਨ ਸ਼ਹਿਰ ਸ਼ਹਿਰ ਦਾ ਨਾਮ ਈਰਾਨ ਸ਼ਹਿਰ ਅੱਛਾ ਉੱਥੇ ਜਾ ਕੇ ਉਹਨਾਂ ਨੇ ਬਿਠਾਇਆ ਤੇ ਬਿਠਾ ਕੇ ਤੇ ਉਹਨਾਂ ਨੇ ਕਿਹਾ ਕਿ ਇੱਥੋਂ ਤੁਹਾਡੀ ਅੱਗੇ ਗੇਮ ਨਿਕਲੇਗੀ ਉੱਥੇ ਉਹਨਾਂ ਨੇ 2 ਦਿਨ ਸਾਨੂੰ ਨਾ ਇੱਕ ਬੱਕਰੀਆਂ ਵਾਲਾ ਵਾੜਾ ਟਾਇਪ ਸੀ ਉਹਦੇ ਵਿੱਚ ਉਹਨਾਂ ਨੇ ਬਿਠਾਇਆ ਅੱਛਾ ਐਡੀ ਗੰਦੀ ਜਗ੍ਹਾ ਈਰਾਨ ਵਿੱਚ ਜਿੱਥੇ ਵੀ ਬਿਠਾਉਂਦੇ ਨੇ ਨਾ ਬਹੁਤ ਗੰਦੀ ਜਗ੍ਹਾ ਹੁੰਦੀ ਪਰ ਉਹ ਸਾਰੇ ਵਾੜੇ ਹੀ ਹੁੰਦੇ ਨੇ ਫਿਰ ਵਾੜੇ ਹੀ ਕੋਈ ਸਾਫ਼ ਜਗ੍ਹਾ ਦੇ ਵਿੱਚ ਨਹੀਂ ਬਿਠਾਉਂਦੇ ਆ ਉਹਨਾਂ ਨੇ ਬਿਠਾ ਦਿੱਤਾ 2 ਦਿਨ ਸਾਨੂੰ ਉਹਨਾਂ ਨੇ ਉੱਥੇ ਰੱਖਿਆ ਉਹ ਪਾਣੀ ਵੀ ਪੀਣਾ ਮੰਗਵਾਣਾ ਹੁੰਦਾ ਸੀ ਨਾ ਤੇ ਉਹ ਪੈਸੇ ਲੈਂਦੇ ਸਨ ਕੋਈ 50 5 5000 ਤੁਮਨ ਤੁਮਨ 5000 ਤੁਮਨ ਉਹਨਾਂ ਲਈ ਲੈਣਾ ਜਾਂ ਪਾਕਿਸਤਾਨੀ 500 ਰੁਪਏ ਵਾਲੀ ਲੈਣਾ ਜਾਂ 100 ਲੈ ਕੇ ਤੇ ਕੋਈ ਵੀ ਚੀਜ਼ ਉਹਨਾਂ ਨੇ ਪੈਸੇ ਤੋਂ ਬਿਨਾਂ ਹੀ ਸਭ ਦੇਂਦੇ ਉਹਨਾਂ ਪਾਕਿਸਤਾਨੀ 500 ਉਹ ਜਿਹੜਾ 1000 ਰੁਪਏ ਦਾ ਨੋਟ ਵੇਂਦੇ ਤੇ ইরਾਨੀ ਮਰ ਜਾਂਦੇ ਉੱਥੇ ਉਹਨਾਂ ਦੇ ਕਵਰ ਨਿਕਲ ਜਾਂਦੀ ਹੈ ਉੱਥੇ ਹੀ ਹਾਂ ਤੇ ਹਫਾ ਜੀ ਉਹਨਾਂ ਨੇ ਫਿਰ ਕੀ ਕੀਤਾ ਵਾਸ਼ਰੂਮ ਵਿੱਚ ਕਿਸੇ ਨੇ ਅਗਰ ਜਾਣ ਕੋ ਬੁਰਾ ਹਾਲ ਹੋਇਆ ਸੀ ਤੁਹਾਨੂੰ ਮੈਂ ਕੀ ਦੱਸਾਂ ਕਿ ਉੱਥੇ ਨਹਾਣਾ ਤੇ ਬਹੁਤ ਜ਼ਰੂਰੀ ਸੀ ਤੇ ਉਹ ਨੰਬਰ ਵਾਈਜ਼ ਉਹਨਾਂ ਨੇ ਸਾਨੂੰ ਉਹ ਲਿਖ ਕੇ ਰੱਖ ਲੈਂਦੇ ਸਨ ਕਿ ਆਪਣੇ ਆਪਣੇ ਨੰਬਰ ਤੇ ਜਾਣਾ ਤੇ ਨਹਾ ਕੇ ਵਾਪਸ ਆ ਜਾਣਾ ਪੈਸੇ ਉਹਨਾਂ ਨੇ ਪਹਿਲੇ ਹੀ ਲੈ ਲੈਨੇ ਬੱਲੇ ਤੇ ਜਿਵੇਂ ਅਸੀਂ ਮਤਲਬ ਮਤਲਬ ਨਹਾ ਤੋ ਲਿਆ ਫਿਰ ਜਿਹੜਾ ਬੰਦਾ ਨਹੀਂ ਸੀ ਨਹਾਉਂਦਾ ਉਹਨੂੰ ਉਹਨੂੰ ਆਂਦੇ ਸਨ ਕਿ ਤੈਨੂੰ ਟੈਕਸੀ ਜ ਨਹੀਂ ਅੱਗੇ ਨਹੀਂ ਬਿਠਾਣਾ ਤੈਨੂੰ ਡਿੱਕੀ ਵੇਚ ਬੰਦ ਕਰਕੇ ਖੜਨਾ ਤੇਰੇ ਕੋਲ ਸਮੈਲ ਹੁੰਦੀ ਉਹਦੀ ਫਿਰ ਮਜਬੂਰੀ ਹੋ ਜਾਂਦੀ ਸੀ ਕਿ ਮੈਂ ਨਾਦਾ ਹੀ ਨਾ ਆਈ ਲਵਾ ਉਹ ਪੈਸੇ ਲੈਦਾ ਉਹਨਾਂ ਨੇ ਇੱਕ ਬਹਾਨਾ ਬਣਾਇਆ ਸੀ ਪੈਸੇ ਉਹਨਾਂ ਲੈਣੇ ਹੀ ਹੁੰਦੇ ਸਨ ਤੇ ਉਹ ਫਿਰ ਮਤਲਬ ਉਸ ਦਿਨ ਸਾਰੇ ਨਹਾਰ ਨੂੰ ਕਿ ਉਹ ਗੱਡੀ ਆਈ ਹੈ ਗੱਡੀ ਆਉਣ ਤੋਂ ਬਾਅਦ ਉਹਨਾਂ ਨੇ ਸਾਨੂੰ ਟੈਕਸੀ ਉਹ ਡਿੱਕੀ 'ਚ ਬੰਦ ਕਰਨ ਲੱਗੇ ਨੇ ਮੈਨੂੰ ਬੰਦ ਕਰਨ ਲੱਗੇ ਨੇ ਤੇ ਮੈਂ ਕਿਹਾ ਮੈਂ ਮੈਨੂੰ ਮੈਂ ਨਹੀਂ ਬਹਿਣਾ ਹੈ ਮੇਰੇ ਕੋ ਪੈਸੇ ਲੀ ਲਓ ਪਰ ਮੈਂ ਅੱਗੇ ਫਰੰਟ ਤੇ ਬਹਿਣਾ ਅੱਛਾ ਉਹਨੇ ਕਿਹਾ ਚੱਲ ਠੀਕ ਹੈ ਤੂੰ ਦੇਹ ਹਜ਼ਾਰ ਰੁਪਿਆ ਪਾਕਿਸਤਾਨੀ ਮੈਂ ਉਹਨਾਂ ਨੂੰ 1000 ਰੁਪਿਆ ਦਿੱਤਾ ਉਹਨੇ ਮੈਨੂੰ ਬਿਠਾ ਲਿਆ ਬਾਕੀ ਜਿਹੜੇ ਨੇ ਮੁੰਡੇ 14 ਮੁੰਡੇ ਸਨ ਟੋਟਲ ਉਹਨੇ ਕਿਹਾ ਕਿ ਚਾਰ ਮੁੰਡੇ ਜਿਹੜੇ ਡਿੱਕੀ ਵਿੱਚ ਬਹਿ ਜਾਓ ਇੱਕ ਮੈਂ ਅੱਗੇ ਬਹਿ ਗਿਆ ਬਾਕੀ ਪਿੱਛੇ 10 ਸਨ ਉਹਨਾਂ ਨੇ ਕਿਹਾ ਬੋ ਬੋ ਪਿੱਛੇ ਜਿਹੜੀਆਂ ਬੈਕ ਸਾਈਡ ਤੇ ਸੀਟ ਹੈ ਉਹਦੇ ਤੇ ਬੋ 10 ਮੁੰਡੇ ਤੁਸੀਂ ਹਿਸਾਬ ਲਾਓ ਤੇ ਤਿੰਨ ਬੰਦੇ ਨੇ ਤੇ ਚੌਥੇ ਦੀ ਗੰਜਾਸ਼ ਨਹੀਂ ਹੁੰਦੀ ਉਹ ਤੇ ਉਹਨਾਂ ਨੇ 10 ਮੁੰਡੇ ਬਿਠਾਏ ਓਏ ਹੋ ਤੇ ਉਹ ਨਾ ਤਾਂ ਕਿ ਬਹੁਤ ਹੀ ਹੋ ਗਿਆ ਤੇ ਇੱਕ ਮੁੰਡਾ ਆਂਦਾ ਮੈਂ ਫਰੰਟ ਤੇ ਬਹਿਣਾ ਮੇਰੇ ਕੋ ਪੈਸੇ ਲੈ ਲਵੋ ਮੈਨੂੰ ਉਹਨੇ ਮੇਰੇ ਕੋਲੋਂ ਪੈਸੇ ਲੈ ਕੇ ਮੈਨੂੰ ਉਹਨੇ ਪਿੱਛੇ ਬਿਠਾ ਦਿੱਤਾ ਉਹਦੇ ਕੋਲ ਉਹਨੇ ਪੈਸੇ ਲਏ ਉਹਦੇ ਕੋਲ 5000 ਰੁਪਇਆ ਲਿਆ ਪਾਕਿਸਤਾਨੀ ਓਏ ਹੋਏ ਉਹ ਵਾਪਸ ਪੈਸੇ ਮੰਗੇ ਉਹ ਆਖੇ ਮੈਂ ਨਹੀਂ ਦੇਨੇ ਮੈਂ ਵੀ ਆਖਾ ਮੇਰੇ ਪੈਸੇ ਦੇ ਦੇ ਜੇ ਨਹੀਂ ਮੈਨੂੰ ਬਿਠਾਣਾ ਉਹਨੇ ਕਿਹਾ ਹੁਣ ਜਿੱਥੇ ਬਹਿ ਗਿਆ ਚੁੱਪ ਕਰਕੇ ਬਹਿ ਜਾ ਮੈਂ ਕਿਹਾ ਹੁਣ ਮਜਬੂਰੀ ਹੈ ਕਿਸੇ ਦੇ ਮੁਲਕ ਵਿੱਚ ਆਏ ਆ ਤੇ ਕੋਈ ਗੱਲ ਵੀ ਨਹੀਂ ਕਰ ਸਕਦੇ ਤੇ ਇਸ ਤੋਂ ਫਿਰ ਮੈਂ ਬਹਿ ਗਿਆ ਫਿਰ ਉਹ ਗੱਡੀ ਚੱਲੀ ਹੈ ਤਕਰੀਬਨ 10 ਘੰਟੇ ਹੂੰ ਉਹਨੇ ਜਾ ਕੇ ਨਾ ਸਾਨੂੰ ਅੱਗੇ ਇੱਕ ਸ਼ਹਿਰ ਇਹ ਬੰਬ ਚੌਕੀ ਕ੍ਰਾਸ ਕਰਕੇ ਨਾ ਅੱਗੇ ਇੱਕ ਸ਼ਹਿਰ ਰਾਤ ਨੂੰ ਉੱਥੇ ਸਾਨੂੰ ਉਹਨੇ ਲਾ ਦਿੱਤਾ ਕਿੱਥੇ ਸਵੇਰ ਦੀ ਗੱਡੀ ਚੱਲੀ ਰਾਤ 9 10 ਵਜੇ ਸਾਨੂੰ ਉੱਥੇ ਉਹਨੇ ਲਾਇਆ ਤੇ ਉਹਨੇ ਕਿਹਾ ਇੱਥੋਂ ਬੰਬ ਚੌਕੀ ਜਿਹੜੀ ਨਾ ਪੈਦਲ ਕ੍ਰਾਸ ਕਰਨੀ ਹੈ ਬਹੁਤ ਜਿਹੜਾ ਨਾ ਇੱਥੇ ਖਤਰਾ ਹੈ ਪੁਲਿਸ ਦਾ ਹੂੰ ਹੂੰ ਅਸੀਂ ਉੱਥੇ ਉਤਰ ਗਏ ਆ ਸਾਨੂੰ ਉਹਨਾਂ ਨੇ 4 ਤੋਂ 5 ਘੰਟੇ ਜਿਹੜਾ ਨਾ ਚੌਕੀ ਪੈਦਲ ਉਹ ਭਜਾਇਆ ਸਾਨੂੰ ਤੇ ਸਾਡੇ ਪੈਰਾਂ 'ਚ ਛਾਲੇ ਬਣ ਗਏ ਤੇ ਆਫਤ ਜੀ ਤੁਹਾਨੂੰ ਮੈਂ ਕੀ ਦੱਸਾਂ ਬੁਰੇ ਹਾਲ ਪਿਆਸ ਵੀ ਇੰਨੀ ਲੱਗੀ ਕੋਈ ਚੀਜ਼ ਖਾਣ ਵੀ ਨਾ ਦੇ ਡੈਂਕਰ ਜਿਹੜਾ ਉਹ ਉਹ ਮਾਰਦਾ ਸੀ ਜੇ ਅਗਰ ਕੋਈ ਬੰਦਾ ਪਿੱਛੇ ਖਲੋ ਜਾਂਦਾ ਸੀ ਉਹਨੂੰ ਮਾਰਦਾ ਸੀ ਤੇ ਪੈਰਾਂ ਦੇ ਵਿੱਚ ਛਾਲੇ ਬਣੇ ਤੇ ਬਹੁਤ ਬੁਰਾ ਹਾਲ 5 ਤੋਂ 6 ਘੰਟੇ ਉਹਨਾਂ ਨੇ ਸਾਨੂੰ ਪੈਦਲ ਚਲਾਇਆ ਉਸ ਤੋਂ ਬਾਅਦ ਇੱਕ ਆਈ ਟੈਕਸੀ ਉਹ ਟੈਕਸੀ ਵਾਲੇ ਨੇ ਨਾ ਸੇਮ ਉਸੇ ਤਰ੍ਹਾਂ ਡਿੱਕੀ ਡਕੀਆਂ ਵਿੱਚ ਬੰਦ ਕੀਤਾ ਤੇ ਕਈ ਮੁੰਡੇ ਜਿਹੜੇ ਅੱਗੇ ਬੈ ਗਏ ਨੇ ਕਈ ਪਿੱਛੇ ਬੈ ਕੇ ਤੇ ਕਈ ਡਿੱਕੀਆਂ ਵਿੱਚ ਉਹਨੇ ਫਿਰ ਗੱਡੀ ਚਲਾ ਰੱਖੀ ਉਹਨੇ ਫਿਰ ਨਾ ਸਵੇਰ ਸਾਨੂੰ ਤਕਰੀਬਨ 10 ਦਾ ਟਾਈਮ ਹੋ ਗਿਆ ਸੀ ਅੱਛਾ ਉਹ ਚੱਲਦੇ ਆ ਚੱਲਦੇ ਆ 10 ਦਾ ਟਾਈਮ ਤਕਰੀਬਨ ਹੋ ਗਿਆ ਸੀ ਉਹਨੇ ਜਾ ਕੇ